ਆਰਤੀ ਐਸੋਸੀਏਸ਼ਨ ਫਗਵਾੜਾ ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਦਾਣਾ ਮੰਡੀ ਫਗਵਾੜਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਮੂੰਗੀ ਦੀ ਦਾਲ ਉੱਪਰ MSP ਲਾਗੂ ਕੀਤੀ ਹੈ ਉਹ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਪਰ ਜੋ ਆੜ੍ਹਤੀਆਂ ਨੂੰ ਆੜ੍ਹਤ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਉਹ ਕਾਫ਼ੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਸ ਫਸਲ 'ਤੇ ਵੀ ਆੜ੍ਹਤੀਆਂ ਨੂੰ ਆੜ੍ਹਤ ਮਿਲਣੀ ਚਾਹੀਦੀ ਹੈ। ਨਰੇਸ਼ ਭਾਰਦਵਾਜ ਨੇ ਆਖਿਆ ਕਿ ਅਗਰ ਉਹਨਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਨਾ ਕੀਤਾ ਤਾਂ 1 ਜੂਨ ਤੋਂ ਅਣਮਿੱਥੇ ਸਮੇਂ ਲਈ ਸਮੂਹ ਆੜ੍ਹਤੀਏ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਣਗੇ ਅਤੇ 5 ਤਾਰੀਖ ਤੱਕ ਫਿਰ ਵੀ ਹੱਲ ਨਾ ਹੋਇਆ ਤਾਂ ਉਹ ਮਾਰਕੀਟ ਕਮੇਟੀ ਦਾ ਘਿਰਾਓ ਕਰਨਗੇ। ਨਰੇਸ਼ ਭਾਰਦਵਾਜ ਮੁਤਾਬਕ ਮਿਤੀ 10 ਜੂਨ ਤੋਂ ਐਸੋਸੀਏਸ਼ਨ ਦੇ ਆਗੂ ਪੰਜਾਬ ਭਰ ਵਿੱਚ ਜ਼ਿਮੀਦਾਰਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪਿਛਲੇ ਤਕਰੀਬਨ 1 ਹਫ਼ਤੇ ਤੋਂ ਜਿਹੜੀ ਆ ਪੰਜਾਬ ਦੀ ਮੀਟਿੰਗਾਂ ਹੋ ਰਹੀਆਂ ਆ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਕਾਲਰਾ ਜੀ ਦੀ ਪ੍ਰਧਾਨਗੀ ਹੇਠ। ਪਿੱਛੇ ਸ਼ਨੀਵਾਰ ਜਿਹੜੀ ਆ ਉਹ ਮੀਟਿੰਗ ਜਗਰਾਓਂ ਵਿਖੇ ਹੋਈ ਸੀ ਜਿਹਦੇ ਵਿੱਚ ਪੰਜਾਬ ਦੇ ਸਾਰੇ ਹੀ ਸਾਡੇ ਡਿਸਟ੍ਰਿਕਟ ਪ੍ਰਧਾਨ, ਮੰਡੀਆਂ ਦੇ ਪ੍ਰਧਾਨ, ਜ਼ਿਲ੍ਹੇ ਦੇ ਆਪਸਪੀਰੀਅਰ ਸਾਰੇ ਇਕੱਠੇ ਹੋਏ ਸੀ। ਉੱਥੇ ਜਿਹੜੀ ਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਸਮਾਂ ਸਮਝਦਾ ਆੜ੍ਹਤੀਆਂ ਦਾ ਆੜ੍ਹਤ ਮਾਰੂ ਜਿਹੜਾ ਆ ਆੜ੍ਹਤੀਆਂ ਨੂੰ ਮਾਰਨ ਵਾਲਾ ਫੈਸਲਾ ਕੀਤਾ ਆ ਵੀ ਮੂੰਗੀ ਦੀ ਜਿਹੜੀ ਫਸਲ ਆ ਉੱਤੇ MSP ਕੀਤੀ ਆ, ਗੌਰਮੈਂਟ ਪ੍ਰਾਈਸ ਫਿਕਸ ਕੀਤਾ। ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜ਼ਿਮੀਦਾਰ ਦੀ ਜਿਹੜੀ ਫਸਲ ਆ ਉਹ ਗੌਰਮੈਂਟ ਰੇਟ 'ਤੇ ਅੱਛੇ ਭਾਅ ਨਾਲ ਵਿਕਣੀ ਚਾਹੀਦੀ ਆ, ਪਰ ਉਹਦੇ ਨਾਲ ਨਾਲ ਜਿਹੜਾ ਉਹਨਾਂ ਨੇ ਆੜ੍ਹਤੀਆਂ ਮਾਰੂ ਨੀਤੀ ਅਪਣਾਈ ਆ ਕਿ ਉਹ ਜਿਹੜੀ ਮੂੰਗੀ ਦੀ ਫਸਲ ਆ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਮਾਰਕੀਟ ਦੇ ਰਾਹੀਂ ਖਰੀਦਣਾ ਔਰ ਸੁਸਾਇਟੀਆਂ ਜਿਹੜੀਆਂ ਆ ਉਹਦੀ ਪ੍ਰੋਕਿਓਰਮੈਂਟ ਕਰਨਗੀਆਂ, ਉਹਦੇ ਉੱਪਰ ਜਿਹੜੀ ਆੜ੍ਹਤ ਹੈਗੀ ਆ ਉਹ ਆੜ੍ਹਤੀਆਂ ਨੂੰ ਨਹੀਂ ਮਿਲਣੀ। ਜਦੋਂ ਆੜ੍ਹਤੀਆਂ ਨੂੰ ਆੜ੍ਹਤ ਨਹੀਂ ਮਿਲਣੀ ਤਾਂ ਆੜ੍ਹਤੀਏ ਫਿਰ ਲੇਬਰ ਦਾ ਕੰਮ ਕਿਉਂ ਕਰਨਗੇ? ਲੇਬਰ ਵਾਲੇ ਲੇਬਰ ਲੈ ਜਾਣਗੇ, ਜਿਹੜੇ ਮਾਲ ਖਰੀਦਿਆ ਮਾਰਕਫੜ ਵਾਲੇ ਮਾਲ ਲੈ ਆਪਣਾ ਮਾਲ ਲੈ ਜਾਣਗੇ ਔਰ ਪੇਮੈਂਟ ਫਾਰਮਰ ਨੂੰ ਕਰ ਦੇਣਗੇ ਅਤੇ ਆੜ੍ਹਤੀਆ ਤਾਂ ਵਿਚਾਰਾ ਰਹਿ ਗਿਆ। ਜਦੋਂ ਆੜ੍ਹਤੀਆਂ ਨੂੰ ਆੜ੍ਹਤ ਨਹੀਂ ਮਿਲਣੀ ਤਾਂ ਆੜ੍ਹਤੀਆ ਕੰਮ ਨਹੀਂ ਕਰੂਗਾ। ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਕੰਮ ਜਿਹੜਾ ਬਿਲਕੁਲ ਗਲਤ ਹੈਗਾ ਔਰ ਪੰਜਾਬ ਸਰਕਾਰ ਨੂੰ ਮਾਨਯੋਗ ਸਪੀਕਰ ਜੀ ਦੇ ਰਾਹੀਂ ਰਿਟਰਨ ਲਿਖ ਕੇ ਵੀ ਦਿੱਤਾ ਸੀ ਵੀ ਸਾਡੇ ਨਾਲ ਗੱਲਬਾਤ ਕਰੋ ਔਰ ਜਿਹੜੀ ਬਣਦੀ 2.5% ਆੜ੍ਹਤ ਹੈਗੀ ਆ ਜਿਸ ਤਰ੍ਹਾਂ ਕਿ ਬਾਕੀ ਸਾਰੀਆਂ ਫਸਲਾਂ ਦੇ ਉੱਪਰ MSP ਦੇ ਉੱਪਰ ਵੀ ਅਤੇ ਜਿੰਨੀਆਂ ਵੀ ਫਸਲਾਂ ਪ੍ਰਾਈਵੇਟ ਵਿਕਦੀਆਂ ਉਹਨਾਂ ਸਾਰੀਆਂ ਦੇ ਉੱਪਰ ਸਾਨੂੰ ਆੜ੍ਹਤੀਆਂ ਨੂੰ ਆੜ੍ਹਤ ਸਾਡੀ ਜਿਹੜੀ ਮਜ਼ਦੂਰੀ ਮਿਲਦੀ ਆ ਉਹ ਸਾਨੂੰ ਇਸ ਫਸਲ ਦੇ ਉੱਪਰ ਵੀ ਮਿਲਣੀ ਚਾਹੀਦੀ ਆ। ਪਰ 31 ਤਰੀਕ ਤੱਕ ਜਿਹੜਾ ਅਸੀਂ ਉਹਨਾਂ ਨੂੰ ਰਿਟਰਨ ਇਹ ਦਿੱਤਾ ਸੀ ਪਰ ਉਹਨਾਂ ਦਾ ਕੋਈ ਵੀ ਫੈਸਲਾ ਮਤਲਬ ਬੁਲਾਵਾ ਨਹੀਂ ਆਇਆ ਔਰ ਸਪੀਕਰ ਸਾਹਿਬ ਨੂੰ ਸਾਡੇ ਜਿਹੜੇ ਆ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਰਾੜ ਅਤੇ ਉੱਥੇ ਹਲਕੇ ਦੇ ਹੋਰ ਬਹੁਤ ਸਾਰੇ ਸਾਡੇ ਨੁਮਾਇੰਦੇ ਮਿਲ ਕੇ ਲਿਖ ਕੇ ਦੇ ਕੇ ਆਏ ਸੀ। 31 ਤਰੀਕ ਤੱਕ ਉਹਨਾਂ ਦਾ ਕੋਈ ਜਵਾਬ ਨਾ ਆਉਂਦੇ ਹੋਏ ਅਤੇ ਕੱਲ੍ਹ ਫਿਰ ਸਾਡੇ ਜਿਹੜਾ ਪੰਜਾਬ ਲੈਵਲ ਦੀ ਕੋਰ ਕਮੇਟੀ ਨੇ ਇਹ ਫੈਸਲਾ ਕੀਤਾ ਕਿ 1 ਤਰੀਕ ਤੋਂ ਲੈ ਕੇ ਜਿਹੜੀਆਂ ਅਣਮਿੱਥੇ ਸਮੇਂ ਲਈ ਸਾਰੀਆਂ ਦਾਣਾ ਮੰਡੀਆਂ ਜਿਹੜੇ ਲੋਕ ਅੜ ਦਾ ਕੰਮ ਕਰਦੇ ਆ ਦਾਣਾ ਮੰਡੀਆਂ 'ਚ ਉਹ ਆਪਣੀਆਂ ਦੁਕਾਨਾਂ ਛੱਟ ਨਾ ਰੱਖਣਗੇ ਔਰ ਅਸੀਂ 1 ਤੋਂ ਲੈ ਕੇ 5 ਤਰੀਕ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਜੇ ਤੁਸੀਂ 5 ਤਰੀਕ ਤੱਕ ਸਾਡੀ ਸੁਣਵਾਈ ਨਹੀਂ ਕੀਤੀ ਤਾਂ 5 ਤਰੀਕ ਤੋਂ ਬਾਅਦ ਅਸੀਂ ਮਾਰਕੀਟ ਕਮੇਟੀ ਦੇ ਜਿਹੜੇ ਦਫ਼ਤਰ ਆ ਉਹ ਆੜ੍ਹਤੀਏ ਉੱਥੇ ਦਫ਼ਤਰ ਜਾ ਕੇ ਘੇਰਨਗੇ। ਅਗਰ ਫਿਰ ਵੀ ਸੁਣਵਾਈ ਨਹੀਂ ਹੁੰਦੀ ਤਾਂ ਅੱਜ ਤੁਸੀਂ ਸਾਰਿਆਂ ਨੇ ਨਿਊਜ਼ ਪੇਪਰਾਂ 'ਚ ਦੇਖਿਆ ਹੋਣਾ, ਵਟਸਐਪ ਗਰੁੱਪਾਂ ਦੇ ਵਿੱਚ, ਫੇਸਬੁੱਕ ਉੱਪਰ ਵੀ ਮਾਨਯੋਗ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਨੇ ਵੀ ਅੱਜ ਬਿਆਨ ਦਿੱਤਾ ਵੀ ਨਹੀਂ ਤਾਂ 10 ਤਰੀਕ ਤੋਂ ਅਸੀਂ ਜ਼ਿਮੀਦਾਰ ਭਰਾਵਾਂ ਨੂੰ ਨਾਲ ਲੈ ਕੇ ਆਪਣੇ ਆਪਣੇ ਹਲਕੇ ਦੇ ਕਿਸਾਨ ਯੂਨੀਅਨ ਦੇ ਜ਼ਿਮੀਦਾਰਾਂ ਨੂੰ ਨਾਲ ਲੈ ਕੇ ਜਿਹੜਾ ਉਹ ਸੜਕਾਂ ਰੁਕਾਂਗੇ। ਕਿਉਂ ਸੋ ਅਸੀਂ ਮਾਨਯੋਗ CM ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਇਸੇ ਲੜੀ ਦੇ ਵਿੱਚ ਅਸੀਂ ਜਿੱਥੇ ਪੰਜਾਬ ਸਰਾਜ ਬੰਦ ਹੈ ਉੱਥੇ ਫਗਵਾੜਾ ਮੰਡੀ ਵੀ ਸੰਪੂਰਨ ਤੌਰ 'ਤੇ ਬੰਦ ਹੈ ਔਰ ਇੱਥੇ ਦੇ ਜਿਹੜੇ ਆਪ ਦੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਸਰਕਾਰ ਨੂੰ ਇਸ ਬਾਰੇ ਦੱਸਣ ਔਰ ਜੋ ਸਾਡੀ ਜਾਇਜ਼ ਮੰਗ ਹੈ ਉਹਨੂੰ ਪੂਰੀ ਕਰਨ।